ਸ਼ਸ਼ੀਕਲ ਜੀ ਸਾਰਿਆਂ ਨੂੰ ਮੈਰੀ ਤੁਹਾਡਾ ਸਵਾਗਤ ਕਰਦੀ ਆ ਆਪਣੇ YouTube ਚੈਨਲ ਤੇ ਉਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸੋ ਅਸੀਂ ਆਪਣੇ ਪੰਜਾਬ ਜੀਕੇ ਦੇ ਜਿਹੜੇ ਪੀਵਿਅਸ ਇਅਰ ਕੁਐਸਚਨ ਨੇ ਜੀ ਉਹਨਾਂ ਦੀ ਸੀਰੀ ਸ਼ੁਰੂ ਕੀਤੀ ਹੋਈ ਸੀ ਆ ਸਾਡੀ 4ਥ ਕਲਾਸ ਹੈਗੀ ਅਸੀਂ ਹਰ ਕਲਾਸ ਦੇ ਵਿੱਚ 50 ਕੁਐਸਚਨਾਂ ਜਿਹੜੇ ਕੰਪਲੀਟ ਕਰਦੇ ਆ ਜੀ ਸੋ ਸਟਾਰਟ ਕਰਦੇ ਆ ਜੀ ਅਸਦੀ ਕਲਾਸ ਪਹਿਲਾ ਕੁਐਸਚਨ ਹੈ ਵਿੱਚ ਮਿਸਲ ਇਸ ਨਾਟ ਰਿਲੇਟਰ ਟੂ ਦਲ ਖਾਲਸਾ ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿਹੜੀ ਮਿਸਲ ਦਲ ਖਾਲਸਾ ਵਿੱਚ ਸ਼ਾਮਲ ਨਹੀਂ ਸੀ ਹਾਂਜੀ ਟੋਟਲ ਮਿਸਲਾਂ ਕਿੰਨੀਆਂ ਸੀ ਜੀ 12 ਮਿਸਲਾਂ ਸੀਗੀਆਂ ਬਟ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਮਿਸਲ ਹੈ ਦਲ ਖਾਲਸਾ ਦੇ ਵਿੱਚ ਨਹੀਂ ਸੀ ਹੈ ਨਾ ਉਹ ਕਿਹੜੀ ਮਿਸਲ ਹੈ ਫੁਲਕੀਆਂ ਮਿਸਲ ਸੀ ਡੱਲੇ ਵਾਲੀ ਹੈ ਮਿਸਲ ਸੀ ਨਕਈ ਮਿਸਲ ਸੀ ਜਾਂ ਫਿਰ ਸ਼ੇਦ ਦਾ ਮਿਸਲ ਸੀ ਸੋ ਜਿਹੜੀ ਫੁਲਕੀਆਂ ਮਿਸਲ ਹੈ ਉਹ ਦਲ ਖਾਲਸਾ ਦੇ ਵਿੱਚ ਸ਼ਾਮਲ ਨਹੀਂ ਸੀ ਠੀਕ ਹੈ ਜੀ ਸੋ ਜਿਹੜਾ ਰਾਈਟ ਆਨਸਰ ਹੈ ਜਿਹੜਾ অপਸ਼ਨ ਨੰਬਰ 1 ਹੈ ਠੀਕ ਹੈ ਨੈਕਸਟ ਚੱਲਦੇ ਹਾਂ ਹਾਂ ਜੀ ਨੈਕਸਟ ਕੁਐਸਚਨ ਹੈ ਜੀ ਸਾਡਾ ਕਹਿੰਦੇ ਹੇਡ ਲਿਖਿਆਂ ਵਿੱਚੋਂ ਕਿਸ ਨੇ ਖਿਦਰਾਣਾ ਦੀ ਲੜਾਈ ਜਿਹੜੀ 29 ਦਸੰਬਰ 1705 ਦੇ ਵਿੱਚ ਲੜੀ ਗਈ ਸੀ ਉਹ ਲੜਾਈ ਲੜੀ ਸੀ ਗੁਰੂ ਤੇਗ ਬਹਾਦਰ ਜੀ ਨੇ ਲੜੀ ਸੀ ਬੰਦਾ ਸਿੰਘ ਬਹਾਦਰ ਨੇ ਲੜੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਲੜੀ ਸੀ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਲੜੀ ਸੀ ਹਾਂ ਜਿਹੜੀ ਖਿਦਰਾਣਾ ਦੀ ਲੜਾਈ ਹੈ ਜਿਹੜੀ 29 ਦਸੰਬਰ 1705 ਦੇ ਵਿੱਚ ਹੋਈ ਸੀ ਇਹ ਮੁਗਲਾਂ ਮੁਗਲਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਹੋਈ ਸੀ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਹੋਈ ਸੀ ਇਸੇ ਲੜਾਈ ਦੇ ਵਿੱਚ ਹੀ ਜਿਹੜੇ 40 ਸਿੰਘ ਸੀ ਹਨ ਉਹ ਗੁਰੂ ਜੀ ਦਾ ਸਾਥ ਛੱਡ ਕੇ ਚਲੇ ਗਏ ਸੀ ਬਦਾਵਾ ਲਿਖ ਕੇ ਦੇ ਗਏ ਸੀ ਉਹਨਾਂ ਨੂੰ ਇਸੇ ਲੜਾਈ ਦੇ ਵਿੱਚ ਕੀ ਆ ਉਹ 40 ਸਿੰਘ ਨੇ ਜਿਹੜੇ ਉਹ ਇਹ 40 ਸਿੰਘ ਵਾਪਸ ਆ ਗਏ ਸੀ ਹਨਾ ਤੇ ਇਸ ਲੜਾਈ ਦੇ ਵਿੱਚ ਇਹ ਜਿਹੜੇ ਸਿੰਘ ਨੇ ਸ਼ਹੀਦ ਹੋ ਗਏ ਸੀ ਹਨਾ ਤੇ ਉਹਨਾਂ ਨੂੰ 40 ਮੁਕਤਿਆਂ ਦਾ ਨਾਮ ਦਿੱਤਾ ਗਿਆ ਸੀ ਠੀਕ ਹੈ ਜੀ ਉਹਨਾਂ ਨੂੰ 40 ਮੁਕਤੇ ਕਿਹਾ ਗਿਆ ਸੀ ਉਹ ਤੁਹਾਨੂੰ ਕੁਐਸਚਨ ਕਲੀਅਰ ਹੋ ਗਿਆ ਹੋਵੇਗਾ ਨੈਕਸਟ ਚੱਲਦੇ ਆਂ ਹਾਂਜੀ ਕਹਿੰਦੇ ਕਿਹੜੇ ਗੁਰੂ ਸਹਿਬਾਨ ਦਾ ਜਨਮ ਸਥਾਨ ਤਲਵੰਡੀ ਹੈ ਜੋ ਕਿ ਹੁਣ ਪਾਕਿਸਤਾਨ ਹੈ ਹਨਾ ਇਹ ਸਾਰਿਆਂ ਨੂੰ ਪਤਾ ਜੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਸਥਾਨ ਹੈ ਉਹ ਤਲਵੰਡੀ ਸਾਬੋ ਹੈ ਠੀਕ ਹੈ ਜਿਹੜਾ ਕਿ ਹੁਣ ਪਾਕਿਸਤਾਨ ਵਿੱਚ ਹੈ ਠੀਕ ਹੈ ਸੋ অপਸ਼ਨ ਏ ਹੈ ਜਿਹੜਾ ਇਹਦਾ ਰਾਈਟ ਆਨਸਰ ਹੈ ਨੈਕਸਟ ਦੇਖਦੇ ਹਾਂ ਜੀ ਕਹਿੰਦੇ ਬੰਦਾ ਸਿੰਘ ਬਹਾਦਰ ਦੁਆਰਾ ਮੁਗਲਾਂ ਵਿਰੁੱਧ ਲੜੀ ਗਈ ਆਖਰੀ ਲੜਾਈ ਕਿਹੜੀ ਸੀ ਹਾਂਜੀ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਬੁਰਧ ਆਖਰੀ ਲੜਾਈ ਕਿਹੜੀ ਲੜੀ ਸੀ ਚਮਕੌਰ ਦੀ ਲੜਾਈ ਲੜੀ ਸੀ ਨੰਗਲ ਦੀ ਲੜਾਈ ਲੜੀ ਸੀ ਮੁਕਸਰ ਦੀ ਲੜਾਈ ਲੜੀ ਸੀ ਜਾਂ ਫਿਰ ਗੁਰਦਾਸ ਨੰਗਲ ਦੀ ਲੜਾਈ ਹੈ ਜਿਹੜੀ ਉਹ ਲੜੀ ਸੀਗੀ ਸੋ ਜਿਹੜੀ ਗੁਰਦਾਸ ਨੰਗਲ ਦੀ ਲੜਾਈ ਹੈ ਜੀ ਉਹ ਕੀ ਹੈ ਬੰਦਾ বাহাদুর ਦੀ ਜਿਹੜੀ ਆਖਰੀ ਲੜਾਈ ਸੀ ਉਹਨਾਂ ਨੇ ਮੁਗਲਾਂ ਦੇ ਨਾਲ ਲੜੀ ਸੀਗੀ ਠੀਕ ਹੈ ਇੱਥੇ ਇਸ ਲੜਾਈ ਦੇ ਵਿੱਚ ਕੀ ਸੀ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ ਸੀ ਠੀਕ ਹੈ ਬੰਦੀ ਬਣਾ ਲਿਆ ਗਿਆ ਸੀ ਕਿਦੇ ਦੁਆਰਾ ਇੱਕ ਮੁਗਲ ਸੈਨਾਪਤੀ ਦੇ ਦੁਆਰਾ ਠੀਕ ਹੈ ਇੱਕ ਮੁਗਲ ਸੈਨਾਪਤੀ ਦੇ ਦੁਆਰਾ ਉਹਨਾਂ ਨੂੰ ਬੰਦੀ ਬਣਾ ਲਿਆ ਗਿਆ ਸੀ ਠੀਕ ਹੈ ਸੈਨਾਪਤੀ ਦਾ ਨਾਮ ਕੀ ਸੀ ਜੀ ਅਬਦ ਅਲ ਸਹਿਮਦ ਖਾਨ ਅਬਦ ਅਲ ਸਹਿਮਦ ਖਾਨ ਉਸ ਸੈਨਾਪਤੀ ਦਾ ਨਾਮ ਸੀ ਠੀਕ ਹੈ ਉਹਨਾਂ ਨੇ ਕੀ ਉਸਨੂੰ ਬੰਦੀ ਬਣਾ ਲਿਆ ਗਿਆ ਸੀ ਬਾਅਦ ਵਿੱਚ ਕੀ ਹੋਇਆ ਲੜਾਈ ਹੋਈ ਕਦੋਂ ਸੀ ਜੀ ਇਹ ਲੜਾਈ ਹੋਈ ਸੀ 1715 ਦੇ ਵਿੱਚ ਠੀਕ ਹੈ ਗੁਰਦਾਸ ਨਗਲ ਦੀ ਲੜਾਈ ਜਿਹੜੀ ਬੰਦਾਬਾਦ ਦੀ ਆਖਰੀ ਲੜਾਈ ਸੀ ਉਹ 1715 ਦੇ ਵਿੱਚ ਹੋਈ ਸੀ ਉਤੇ ਉਹਨਾਂ ਨੂੰ ਕੀ ਕੀਤਾ ਸੀ ਇਸ ਲੜਾਈ ਦੇ ਵਿੱਚ ਬੰਦੀ ਬਣਾ ਲਿਆ ਗਿਆ ਸੀ ਫਿਰ 1716 ਦੇ ਵਿੱਚ 1716 ਦੇ ਵਿੱਚ ਫਰਕਸ਼ੇਰ ਫਰਕਸ਼ੇਰ ਦੇ ਹੁਕਮ ਦੇ ਤਹਿਤ ਠੀਕ ਹੈ ਹੁਕਮ ਤੇ ਬੰਦਾਬਾਦ ਨੂੰ ਕੀ ਕੀਤਾ ਜੀ ਸ਼ਹੀਦ ਕਰ ਦਿੱਤਾ ਸੀ ਠੀਕ ਹੈ ਕਾਫੀ ਲੰਬੀ ਸਟੋਰੀ ਹੈ ਕਿ ਉਹਨਾਂ ਦੇ ਪੁੱਤਰ ਨੂੰ ਪਹਿਲਾਂ ਉਹਨਾਂ ਦੇ ਸਾਹਮਣੇ ਸ਼ਹੀਦ ਕੀਤਾ ਗਿਆ ਹਨਾ ਉਹਨਾਂ ਦੇ ਟੋਟੇ ਕੀਤੇ ਗਏ ਉਹਦਾ ਕਾਲਜਾ ਕੱਢ ਕੇ ਵੀ ਉਹਨਾਂ ਦੇ ਪੁੱਤਰ ਜਿਹੜੇ ਜੀਤ ਸਿੰਘ ਉਹਨਾਂ ਦਾ ਕਾਲਜਾ ਕੱਢ ਕੇ ਗਿਆ ਬੰਦਾ ਬਾਦਰ ਦੇ ਮੂੰਹ ਦੇ ਵਿੱਚ ਪਾਇਆ ਗਿਆ ਹਨਾ ਬਹੁਤ ਪੂਰੀ ਉਹਨਾਂ ਨੂੰ ਜਿਹੜੀ ਹੈ ਸਹੀਦੀ ਦਿੱਤੀ ਗਈ ਠੀਕ ਹੈ ਸੋ ਨੈਕਸਟ ਚੱਲਦੇ ਆਂ ਹਾਂਜੀ ਕਹਿੰਦੇ ਪੰਜਾਬੀ ਸੂਬੇ ਦਾ ਮੋਢੀ ਕੌਣ ਹੈ ਸੋ ਇਹ ਤਾਂ ਬਹੁਤ ਵਾਰ ਆਉਂਦਾ ਜੀ ਕੁਐਸਚਨ ਬੇਸਿਕ ਕੁਐਸਚਨ ਹੈ ਮਾਸਟਰ ਤਾਰਾ ਸਿੰਘ ਹੈ ਜਿਹੜਾ ਜੋ ਪੰਜਾਬੀ ਸੂਬੇ ਦੇ ਮੋਢੀ ਨੇ ਠੀਕ ਹੈ ਨੈਕਸਟ ਇਹ ਦੇਖਦੇ ਹਾਂ ਕਹਿੰਦੇ ਵਿੱਚ ਡਾਇਨੈਸਟੀ ਫਾਊਂਡਡ ਲੁਧਿਆਣਾ ਸੀ ਤੇ ਕਹਿੰਦੇ ਲੁਧਿਆਣਾ ਸ਼ਹਿਰ ਦੀ ਸਥਾਪਨਾ ਕਿਹਜ ਰਾਜਵੰਸ਼ ਨੇ ਕੀਤੀ ਸੀ ਮੁਗਲਾਂ ਨੇ ਮੋਰੀਆ ਨੇ ਲੋਧੀਆਂ ਨੇ ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਨਹੀਂ ਸੋ ਲੁਧਿਆਣਾ ਸ਼ਹਿਰ ਦੀ ਜਿਹੜੀ ਸਥਾਪਨਾ ਉਹ ਕਿਹੜੇ ਰਾਜਵੰਸ਼ ਨੇ ਕੀਤੀ ਸੀ ਜੀ ਲੋਧੀਆਂ ਨੇ ਕੀਤੀ ਸੀ ਹੈਨਾ ਥਰਡ ਇਹਦਾ ਰਾਈਟ ਆਨਸਰ ਹੈ ਤੇ ਲੋਦੀ ਡਾਇਨੈਸਟੀ ਦਾ ਜਿਹੜਾ ਟਾਈਮ ਪੀਰੀਅਡ ਰਿਹਾ ਹੈ ਨਾ ਉਹ 1451 ਤੋਂ 1526 ਤੱਕ ਰਿਹਾ ਹੈ ਨਾ ਇਹਨਾਂ ਨੇ ਜਿਹੜਾ ਹੈਗਾ ਸੈਯਦ ਡਾਇਨੈਸਟੀ ਨੂੰ ਕੀ ਆ ਰਿਪਲੇਸ ਕੀਤਾ ਸੀਗਾ ਠੀਕ ਹੈ ਜੀ ਸੋ ਜਿਹਦੇ ਫਰਸਟ ਰੂਲਰ ਜਿਹੜੇ ਹੈਗੇ ਸੀ ਲੋਦੀ ਲੋਦੀ ਡਾਇਨੈਸਟੀ ਦੇ ਉਹ ਸੀ ਬਹਿਲੋਲ ਲੋਦੀ ਬਹਿਲੋਲ ਲੋਦੀ ਠੀਕ ਹੈ ਜੀ ਸੋ ਕੁਝ ਪੁਆਇੰਟ ਹੈ ਜਿਹੜੇ ਤੁਸੀਂ ਯਾਦ ਰੱਖ ਲੈਣੇ ਨੇ ਇਹਦੇ ਨਾਲ ਰਿਲੇਟਡ ਨੈਕਸਟ ਦੇਖਦੇ ਹਾਂ ਕਹਿੰਦੇ ਭਗਤ ਸਿੰਘ ਹੇਠਾਂ ਲਿਖੀਆਂ ਸੰਸਥਾਵਾਂ ਵਿੱਚੋਂ ਕਿਸ ਦੇ ਨਾਲ ਸੰਬੰਧਿਤ ਸੀ ਕੀਤੀ ਕਿਸਾਨ ਸਵਾਦੇ ਨਾਲ ਸੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਨੌਜਵਾਨ ਭਾਰਤ ਸਭਾ ਜਾਂ ਇਹ ਸਾਰੇ ਸੋ ਜਿਹੜੇ ਭਗਤ ਸਿੰਘ ਜੀ ਇਹਨਾਂ ਸਾਰਿਆਂ ਨਾਲ ਹੀ ਐਸੋਸੀਏਟਡ ਸੀ ਇਹ ਸੋ ਇਹਦਾ ਆਨਸਰ ਕੀ ਆਏਗਾ ਜੀ 4th ਆਏਗਾ ਠੀਕ ਹੈ ਭਗਤ ਸਿੰਘ ਨਾਲ ਰਿਲੇਟਡ ਕੁਝ ਪੁਆਇੰਟ ਦੇਖ ਲੈਣੇ ਆਪਾਂ ਸੋ ਜਿਹੜਾ ਭਗਤ ਸਿੰਘ ਦਾ ਜਨਮ ਹੈ ਜੀ ਇਹ ਹੋਇਆ ਸੀ 28 ਸਤੰਬਰ 1907 ਦੇ ਵਿੱਚ ਹੋਇਆ ਸੀ ਤੇ ਜਿਹੜੇ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਉਹ 31 ਮਾਰਚ 1907 31 ਦੇ ਵਿੱਚ ਹੈ ਨਾ ਲਾਹੌਰ ਸੈਂਟਰਲ ਜੇਲ ਹੈ ਨਾ ਇਹ ਵੀ ਬਹੁਤ ਵਾਰ ਪੁੱਛਿਆ ਜਾਂਦਾ ਕਿਥੇ ਦਿੱਗੀ ਇਜ਼ੀ ਲਾਹੌਰ ਸੈਂਟਰਲ ਜੇਲ ਦੇ ਵਿੱਚ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਠੀਕ ਹੈ ਹਾਂਜੀ ਨੈਕਸਟ ਦੇਖਦੇ ਹਾਂ ਕਹਿੰਦੇ ਹਰਮੰਦਰ ਸਾਹਿਬ ਦੀ ਨਹੀਂ ਰੱਖੀ ਗਈ ਸੀ ਕਿੰਨਾ ਨੇ ਰੱਖੀ ਸੀ ਸਾਈ ਮੀਆਂ ਮੀਰ ਦੇ ਸੰਤ ਕਵੀਰ ਨੇ ਬਾਬਾ ਬੁੱਢਾ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਹਾਂਜੀ ਜੇਰੀ ਹਰਮੰਦਰ ਸਾਹਿਬ ਦੀ ਨਹੀਂ ਸੀ ਉਹ ਸਾਈ ਮੀਆਂ ਮੀਰ ਜੀ ਨੇ ਰੱਖੀ ਸੀ ਸੋ ਫਸਟ ਜਿਹੜਾ ਇਹਦਾ ਰਾਈਟ ਆਨਸਰ ਹੈ ਨੈਕਸਟ ਦੇਖਦੇ ਹਾਂ ਕਹਿੰਦੇ ਵਿੱਚ ਆਫ ਦਾ ਫੋਲੋਇੰਗ ਸਿੱਖ ਗੁਰੂਜ਼ ਹੈਂ ਕੁਐਸਚਨ ਕਰ ਦਿੱਤਾ। ਇਹ ਲਿਖਿਆਂ ਵਿੱਚੋਂ ਸਿੱਖ ਗੁਰਾਂ ਵਿੱਚੋਂ ਕਿਸ ਨੇ ਸ੍ਰੀ ਆਦ ਗ੍ਰੰਥ ਦਾ ਸੰਕਲਨ ਕੀਤਾ ਸੀ? ਗੁਰੂ ਅਮਰਦਾਸ ਜੀ ਨੇ, ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ? ਹਾਂਜੀ ਕਿਹਨਾਂ ਨੇ ਕੀਤਾ ਸੀ ਜੀ? ਗੁਰੂ ਅਰਜਨ ਦੇਵ ਜੀ ਨੇ ਤੇ ਕਰਵਾਇਆ ਕਿਨਾਂ ਤੋਂ ਅਸੀਂ ਇਹਨਾਂ ਨੇ ਭਾਈ ਗੁਰਦਾਸ ਤੋਂ। ਠੀਕ ਹੈ। ਸੋ ਕਿੰਨੇ ਗੁਰੂਆਂ ਦੀ ਬਾਣੀ ਸ਼ਾਮਲ ਹੈ ਜੀ ਆਦ ਗ੍ਰੰਥ ਦੇ ਵਿੱਚ? ਹਾਂਜੀ 1 ਮਿੰਟ। ਆਦ ਗ੍ਰੰਥ ਦੇ ਵਿੱਚ ਜੀ 5 ਗੁਰੂਆਂ ਦੀ ਜਿਹੜੀ ਬਾਣੀ ਆ ਉਹ ਸ਼ਾਮਿਲ ਹੈ ਠੀਕ ਹੈ ਪੰਜ ਗੁਰੂਆਂ ਦੀ ਬਾਣੀ ਸ਼ਾਮਿਲ ਹੈ ਜੀ ਆਧਗ੍ਰੰਥ ਦੇ ਵਿੱਚ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਦੇਖਦੇ ਹਾਂ ਕਹਿੰਦੇ ਵੀਅਰ ਵਾਸ ਲਾਲਾ ਲਾਜਪਤਰਾਏ ਰਿਪੋਰਟਡ ਵਿਦਆਊਟ ਟ੍ਰਾਇਲ 1907 ਕਹਿੰਦੇ 1907 ਦੇ ਵਿੱਚ ਲਾਲਾ ਲਾਜਪਤਰਾਏ ਨੂੰ ਬਿਨਾਂ ਕਿਸੇ ਮੁਕਾਦਮੇ ਦੇ ਦੇਸ਼ ਨਿਕਾਲਾ ਦਿੱਤਾ ਗਿਆ ਸੀ ਹਾਂ ਜੀ ਕੀ ਆਏਗਾ ਜੀ ਇਸ ਦਾ ਰਾਈਟ ਆਨਸਰ ਰੰਗੂਨਾ ਆਏਗਾ ਮਾਂਡਲੇਗਾ ਅੰਡੇਮਨ ਆਏਗਾ ਜਾਂ ਫਿਰ ਨਿਕੋਬਰ ਟਾਪੂ ਹਾਂਜੀ ਇਹਦਾ ਰਾਈਟ ਆਨਸਰ ਆਏਗਾ ਜੀ ਮਾਂਡਲੇ ਹਾਂ ਕਿੱਥੇ ਇਹ ਜੀ 12ਵੇਂ ਵੇ ਦੇ ਵਿੱਚ ਹੈ ਠੀਕ ਹੈ ਹਾਂਜੀ ਨੈਕਸਟ ਦੇਖਦੇ ਹਾਂ ਕਹਿੰਦੇ ਹੀੜ ਲਿਖਾਂ ਵਿੱਚੋਂ ਕਿਸੇ ਸ਼ਾਸਕ ਨੇ ਰਣਜੀਤ ਸਿੰਘ ਨੂੰ 1799 ਵਿੱਚ ਲੋਹਾਰ ਦਾ ਗਵਰਨਰ ਨੁਮਿਤ ਕੀਤਾ ਸੀ ਜਮਾਨ ਸ਼ਾਹ ਨੇ ਕੀਤਾ ਸੀ ਅਹਿਮਦ ਸ਼ਾਹ ਬਦਾਲੀ ਨੇ ਸ਼ਾ ਸ਼ੂਜਾ ਨੇ ਜਾਂ ਫਿਰ ਅਹਿਮਦ ਸ਼ਾਹ ਦੁਰਾਨੀ ਨੇ ਹਾਂਜੀ ਕਿਸ ਨੇ ਕੀਤਾ ਸੀ ਜੀ ਮਹਾਰਾਜ ਜੀ ਸਿੰਘ ਨੂੰ 1799 ਦੇ ਵਿੱਚ ਲਾਹੌਰ ਦਾ ਗਵਰਨਰ ਸੋ ਜਮਾਨ ਜਮਾਨ ਸ਼ਾਹ ਨੇ ਨਿਯੁਕਤ ਕੀਤਾ ਸੀ ਜੀ ਮਹਾਰਾਜ ਜੀ ਸਿੰਘ ਨੂੰ ਲਾਹੌਰ ਦਾ ਗਵਰਨਰ ਸੋ ਜੇ ਜਮਾਨ ਸ਼ਾਹ ਜਿਹੜਾ ਹੈਗਾ ਸੀ ਇਹ ਅਫਗਾਨ ਦਾ ਰਾਜਾ ਸੀ ਠੀਕ ਹੈ ਜੀ ਅਫਗਾਨ ਦਾ ਰਾਜਾ ਸੀ ਇਹ ਠੀਕ ਹੈ ਅਸਲ ਵਿੱਚ ਜਿਹੜਾ ਲਾਹੌਰ ਹੈ ਮਹਾਰਾਜ ਜੀ ਸਿੰਘ ਨੇ ਜਿੱਤਿਆ ਨਹੀਂ ਸੀ ਠੀਕ ਹੈ ਉਹ ਕਿਹਨੇ ਜਿੱਤਿਆ ਸੀ ਸੀ ਜਮਾਨ ਸ਼ਾਹ ਨੇ ਜਿੱਤਿਆ ਸੀ ਮਹਾਰਾਜ ਜੀ ਸਿੰਘ ਨੇ ਕੀ ਹੈ ਜਦੋਂ ਵਾਪਸ ਜਾ ਰਿਹਾ ਸੀ ਜਮਾਨ ਸ਼ਾ ਦੀ ਹੈਲਪ ਕੀਤੀ ਸੀ ਕੁਝ ਠੀਕ ਹੈ ਤੇ ਫਿਰ ਉਸ ਤੋਂ ਖੁਸ਼ ਹੋ ਕੇ ਕੀ ਕੀਤਾ ਜੀ ਉਸਨੇ ਮਹਾਰਾਜਾ ਅਨਜੀਤ ਸਿੰਘ ਨੂੰ ਹੀ ਲਾਹੌਰ ਦਾ ਜਿਹੜਾ ਗਵਰਨਰ ਬਣਾ ਦਿੱਤਾ ਸੀ ਸੋ ਬੇਸਿਕਲੀ ਜਿਹੜਾ ਲਾਹੌਰ ਹੈ ਉਹ ਮਹਾਰਾਜਾ ਅਨਜੀਤ ਸਿੰਘ ਨੇ ਜਿੱਤਿਆ ਨਹੀਂ ਸੀ ਉਹਨਾਂ ਨੂੰ ਇਹ ਜਿਹਾ ਗਿਫਟ ਆਪਾਂ ਕਹਿ ਸਕਦੇ ਹਾਂ ਕਿ ਮਿਲ ਗਿਆ ਸੀ ਠੀਕ ਹੈ ਨੈਕਸਟ ਦੇਖਦੇ ਹਾਂ ਕਹਿੰਦੇ ਵਨ ਵੈਨ ਵਾਚ ਪੰਜਾਬੀ ਡਿਕਲੇਅਰਡ ਐਜ਼ ਅਫੀਸ਼ੀਅਲ ਲੈਂਗੁਏਜ ਆਫ ਪੰਜਾਬ ਕਹਿੰਦੇ ਪੰਜਾਬੀ ਨੂੰ ਪੰਜਾਬ ਦੀ ਸਰਕਾਰੀ ਭਾਸ਼ਾ ਕਦੋਂ ਘੋਸ਼ਿਤ ਕੀਤਾ ਗਿਆ ਸੀਗਾ ਦੇਖੋ ਜਿਹੜਾ ਅਫੀਸ਼ੀਅਲ ਲੈਂਗੁਏਜ ਐਕਟ ਆਇਆ ਸੀ ਉਹ ਤਾਂ ਆਇਆ ਤਾਂ ਹੈਗਾ ਸੀ ਜੀ 1967 ਦੇ ਵਿੱਚ ਠੀਕ ਹੈ ਐਕਟ ਆਇਆ ਸੀ 1967 ਦੇ ਵਿੱਚ ਤੇ ਲਾਗੂ ਕਦੋਂ ਕੀਤੀ ਗਈ ਸੀ ਜੀ 1968 ਦੇ ਵਿੱਚ ਠੀਕ ਹੈ ਸਾਨੂੰ ਪੁੱਛਿਆ ਵੀ ਗਈ ਗਿਆ ਕਿ ਕਦੋਂ ਘੋਸ਼ਿਤ ਕੀਤਾ ਗਿਆ ਸੀ ਠੀਕ ਹੈ ਸੋ ਜਿਹੜਾ ਰਾਈਟ ਆਨਸਰ 1967 ਹੀ ਆਵੇਗਾ ਅਗਰ ਕੁਐਸਚਨ ਆਉਂਦਾ ਹੈ ਕਿ ਲਾਗੂ ਕਦੋਂ ਕੀਤਾ ਗਿਆ ਤਾਂ 1968 ਆਏਗਾ ਠੀਕ ਹੈ ਅਗਰ অপਸ਼ਨ ਦੇ ਵਿੱਚ ਤੁਹਾਨੂੰ 68 ਵੀ ਹੁੰਦਾ ਤਾਂ ਵੀ ਤੁਸੀਂ ਕਿਹਾ ਜਿਹੜਾ অপਸ਼ਨ ਹੈ ਉਹ 1967 ਲਗਾਉਣਾ ਸੀ ਕਿਉਂਕਿ ਜਿਹੜਾ ਐਕਟ ਹੈ 1967 ਦੇ ਵਿੱਚ ਹੀ ਆਇਆ ਸੀ ਠੀਕ ਹੈ ਨੈਕਸਟ ਦੇਖਦੇ ਹਾਂ ਕਹਿੰਦੇ ਪੰਜਾਬ ਵਾਸ ਰੂਲਡ ਬਾਇ ਵਿਚ ਰੂਲਰ ਬੈਨ ਇੰਗਲਿਸ਼ ਟ ਨੈਕਸਟ ਹਰ ਕਹਿੰਦੇ ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਨਾਲ ਮਿਲਾ ਲਿਆ ਤਾਂ ਪੰਜਾਬ ਤੇ ਕਿਸ ਸ਼ਾਸਕ ਦਾ ਰਾਜ ਸੀ ਹਾਂਜੀ ਕਦੋਂ ਅਨੇਕਸ ਕੀਤਾ ਸੀਗਾ ਅੰਗਰੇਜ਼ਾਂ ਨੇ ਪੰਜਾਬ ਨੂੰ 1859 ਦੇ ਵਿੱਚ ਹੈਨਾ ਤਾਂ ਉਦੋਂ ਕੀ ਹੈ ਪੰਜਾਬ ਤੇ ਕਿਸ ਦਾ ਸ਼ਾਸਨ ਸੀ ਗਸ਼ਾਸਕ ਸੀ ਪੰਜਾਬ ਦਾ ਹੈਨਾ ਕਿਹਦਾ ਰਾਜ ਚੱਲਦਾ ਸੀ ਪੰਜਾਬ ਦੇ ਉੱਤੇ ਉਦੋਂ ਮਹਾਰਾਜਾ ਦਲੀਪ ਸਿੰਘ ਸੀ ਹੈਨਾ ਮਹਾਰਾਜਾ ਦਲੀਪ ਸਿੰਘ ਦਾ ਚੱਲਦਾ ਸੀ ਹੈਨਾ ਜਿਹਨਾਂ ਨੂੰ ਕੀ ਹੈ ਬਲੈਕ ਪ੍ਰਿੰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਹੈਨਾ ਇਹਨਾਂ ਨੂੰ ਬਲੈਕ ਪ੍ਰਿੰਸ ਵੀ ਕਿਹਾ ਜਾਂਦਾ ਸੀ ਠੀਕ ਹੈ ਹਾਂਜੀ ਨੈਕਸਟ ਦੇਖਦੇ ਹਾਂ ਕਹਿੰਦੇ ਹੂ ਵਾਸ ਦਾ ਫਰਸਟ ਗੁਰੂ ਆਫ ਸਿਕਸ ਹੂ ਅਪੋਸਟ ਦਾ ਪ੍ਰੈਕਟਿਸ ਆਫ ਸਤੀ ਕਹਿੰਦੇ ਸਤੀ ਪ੍ਰਥਾ ਦਾ ਵਿਰੋਧ ਕਰਨ ਵਾਲੇ ਸਿੱਖਾਂ ਦੇ ਪਹਿਲੇ ਗੁਰੂ ਕੌਣ ਸਨ ਹਾਂਜੀ ਸਿੱਖਾਂ ਦੇ ਜਿਹੜੇ ਪਹਿਲੇ ਗੁਰੂ ਸੀ ਸਿਕ ਮਲਕ ਗੁਰੂਆਂ ਦੇ ਵਿੱਚੋਂ ਪਹਿਲੇ ਕੌਣ ਸੀ ਜਿਨ੍ਹਾਂ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਸੀ ਨਾ ਉਹ ਕਿਹੜੇ ਸੀ ਜੀ ਗੁਰੂ ਅਮਰਦਾਸ ਜੀ ਠੀਕ ਹੈ ਸੋ ਥਰਡ ਇਹਦਾ ਰਾਈਟ ਆਨਸਰ ਹੈ ਕਹਿੰਦੇ ਅੰਡਰ which ਗੁਰੂ ਦਾ ਸਿੱਖ ਬੀਕਮ ਅ ਪੋਲਿਟিক্যাল ਐਂਡ ਮਿਲਟਰੀ ਫੋਰਸ ਕਹਿੰਦੇ ਸਿੱਖ ਕਿਸ ਗੁਰੂ ਹੇਠ ਰਾਜਨੀਤਿਕ ਅਤੇ ਫੌਜੀ ਤਾਕਤ ਬਣ ਗਏ ਮਤਲਬ ਵੀ ਕਿਹੜੇ ਗੁਰੂ ਜੀ ਸੀ ਜਿਨ੍ਹਾਂ ਨੇ ਮਿਲਟਰੀ ਰੱਖਣੀ ਸਟਾਰਟ ਕਰ ਦਿੱਤੀ ਸੀਗੀ ਹਾਂਜੀ ਇਹਨਾਂ ਦੇ ਵਿੱਚੋਂ ਕਿਹੜੇ ਸੀ ਗੁਰੂ ਗੋਬਿੰਦ ਸਿੰਘ ਸੀ ਸੀ ਅਮਰਦਾਸ ਜੀ ਸੀ ਰਾਮਦਾਸ ਜੀ ਜਾਂ ਫਿਰ ਗੁਰੂ ਹਰਗੋਬਿੰਦ ਸਿੰਘ ਸੀਗੇ ਗੁਰੂ ਹਰਗੋਬਿੰਦ ਜੀ ਜਿਹੜੇ ਹੈਗੇ ਸੀ ਜੀ ਇਹਨਾਂ ਨੇ ਮਿਲਟਰੀ ਰੱਖਣੀ ਜਿਹੜੀ ਸਟਾਰਟ ਕਰਤੀ ਸੀਗੀ ਠੀਕ ਹੈ ਹੁਣ ਕੌਣ ਸੀ ਜੀ ਇਹ ਸਿਕੰਦੇ 6 ਸਿੱਖ ਗੁਰੂ ਸੀਗੇ ਤੇ ਗੁਰੂ ਅਰਜ ਗੁਰੂ ਤੇਗਵਾਦਰ ਜੀ ਦੇ ਕੀ ਸੀ ਜੀ ਇਹ ਪਿਤਾ ਜੀ ਸੀਗੇ ਠੀਕ ਹੈ ਨੈਕਸਟ ਦੇਖਦੇ ਹਾਂ ਕਹਿੰਦੇ ਹੂ ਵਾਸ ਦਾ ਗੁਰੂ ਆਫ ਭਾਈ ਰਾਮ ਸਿੰਘ ਕਹਿੰਦੇ ਭਾਈ ਰਾਮ ਸਿੰਘ ਦੇ ਗੁਰੂ ਕੌਣ ਸੀ ਕਰਤਾਰ ਸਿੰਘ ਸ਼ਿਆਮ ਸਿੰਘ ਪ੍ਰੇਮ ਸਿੰਘ ਜਾਂ ਫਿਰ ਵਾਲਕ ਸਿੰਘ ਠੀਕ ਹੈ ਜੀ ਹਾਂਜੀ ਕੌਣ ਸੀਗੀ ਜੀ ਕੀ ਆਏਗਾ ਇਸ ਦਾ ਰਾਈਟ ਆਨਸਰ ਵਾਲਕ ਸਿੰਘ ਸੀਗੇ ਠੀਕ ਹੈ ਇਹ ਨਾਮ ਤਾਰੀ ਕੀ ਸੀ ਕੂਕਾ ਸੀਗੇ ਠੀਕ ਹੈ ਨੈਕਸਟ ਦੇਖਦੇ ਹਾਂ ਕਹਿੰਦੇ ਗੌਤਮ ਬੁੱਧ ਨੇ ਗਿਆਨ ਗਿਆਨ ਕਿੱਥੇ ਪ੍ਰਾਪਤ ਕੀਤਾ ਸੀ ਬੋਧਗਿਆ ਤੋਂ ਸਾਰਨਾਥ ਤੋਂ ਸੰਗਾਂ ਤੋਂ ਜਾਂ ਫਿਰ ਸਾਰਥੀ ਤੋਂ ਹਾਂਜੀ ਬੋਧ ਗੌਤਮ ਬੁੱਧ ਨੂੰ ਜਿਹੜੀ ਗਿਆਨ ਦੀ ਪ੍ਰਾਪਤੀ ਕਿੱਥੋਂ ਹੋ ਗਈ ਸੀ ਜੀ ਬੋਧਗਿਆ ਤੋਂ ਹੋਈ ਸੀ ਸੋ ਫਸਟ ਹੈ ਜਿਹੜਾ ਇਹਦਾ ਰਾਈਟ ਆਨਸਰ ਹੈ ਨੈਕਸਟ ਚੱਲਦੇ ਹਾਂ ਕਹਿੰਦੇ ਇਹਠਾਂ ਵਿੱਚੋਂ ਕਾਲੀਦਾਸ ਦਾ ਪ੍ਰਸਿੱਧ ਨਾਟਕ ਕਿਹੜਾ ਹੈ ਰਵਿਕਿਰਤੀ ਹੈ ਪ੍ਰਸਾਸ਼ਾਂਤੀ ਹੈ ਜਾਂ ਫਿਰ ਅਭਿਪੰਜਨਾ ਸਕੁੰਤਲਮ ਹੈ ਜਾਂ ਫਿਰ ਬਨਭਟਾ ਹੈ ਹਾਂਜੀ ਕਿਹੜਾ ਹੈ ਜੀ ਕਾਲੀਦਾਸ ਦਾ ਪ੍ਰਸਿੱਧ ਨਾਟਕ ਇਹਨਾਂ ਦੇ ਵਿੱਚੋਂ ਅਭਿਪੰਜਨਾ ਸਕੁੰਤਲਾ ਮੈਂ ਠੀਕ ਹੈ ਥਰਡ ਦੇ ਦਾ ਰਾਈਟ ਆਨਸਰ ਹੈ ਨੈਕਸਟ ਚਲਦੇ ਹਾਂ ਕਿਹੜੇ ਸਿੱਖ ਗੁਰੂ ਜਿਸ ਥਾਂ ਤੇ ਪੈਦਾ ਹੋਏ ਉਸੇ ਥਾਂ ਤੇ ਹੀ ਜੋਤੀ ਜੋਤ ਸਮਾਏ ਸੀਗੇ ਹਾਂਜੀ ਕਿਹੜੇ ਗੁਰੂ ਸੀ ਜੀ ਜਿਨ੍ਹਾਂ ਦਾ ਜਿੱਥੇ ਜਨਮ ਹੋਇਆ ਸੀ ਉਸੇ ਜਗ੍ਹਾ ਤੇ ਹੀ ਉਹ ਜੋਤੀ ਜੋਤ ਸਮਾਏ ਸੀਗੇ ਕਿਹੜੇ ਸੀ ਜੀ ਉਹ ਗੁਰੂ ਹਰ Rai ਜੀ ਸੀਗੇ ਹਣਾ ਕੀ ਸੀ ਜਿੱਥੇ ਹੋਇਆ ਸੀ ਜੀ ਇਹਨਾਂ ਦਾ ਜਨਮ ਕੀਰਤਪੁਰ ਜੋਤੀ ਜੋਤ ਵੀ ਕੀਰਤਪੁਰ ਸਾਹਿਬ ਸਮਾਇਸੀ ਠੀਕ ਹੈ ਨੈਕਸਟ ਦੇਖਦੇ ਹਾਂ ਕਹਿੰਦੇ ਖਿਦਰਾਣੇ ਦੀ ਢਾਬ ਨੂੰ ਡੈਸ਼ ਵਜੋਂ ਵੀ ਜਾਣਿਆ ਜਾਂਦਾ ਹੈ ਹਾਂਜੀ ਕੀ ਜਾਣਿਆ ਜਾਂਦਾ ਹੈ ਜੀ ਮੁਕਸਰ ਸਹਿਬ ਵਜੋਂ ਵੀ ਜਾਣਿਆ ਜਾਂਦਾ ਹੈ ਹਨਾ ਇੱਥੇ ਕੀ 40 ਮੁਕਤੇ ਸ਼ਹੀਦ ਹੋਏ ਸੀਗੇ ਇਸ ਲੜਾਈ ਦੇ ਵਿੱਚ ਹਨਾ ਜੋ ਜਿਹੜਾ ਮਾਗੀ ਦਾ ਮੇਲਾ ਉਹ ਵੀ ਇੱਥੇ ਹੀ ਲੱਗਦਾ ਹੈ ਠੀਕ ਹੈ ਮਾਗੀ ਦਾ ਮੇਲਾ ਵੀ ਇੱਥੇ ਲੱਗਦਾ ਹੈ ਸੋ ਜਿਹੜੇ ਖਦਰਾਣੇ ਦੀ ਢਾਵ ਹੈ ਖਦਰਾਣੇ ਦੀ ਜਿਹੜੀ ਲੜਾਈ ਹੋਈ ਸੀ ਉੱਥੇ ਵਿਚਾਲੇ ਮੁਕਤੇ ਜਿਹੜੇ ਜੀ ਹਦ ਹੋ ਗਏ ਸੀ ਜਿਸ ਨੂੰ ਮੁਕਸਰ ਦੇ ਨਾਮ ਨਾਲ ਤਾਂ ਕਰਕੇ ਹੀ ਜਾਣਿਆ ਜਾਂਦਾ ਹੈ ਠੀਕ ਹੈ ਜੀ ਨੈਕਸਟ ਚਲਦੇ ਹਾਂ ਕਹਿੰਦੇ ਚੀਫ ਖਾਲਸਾ ਦੀਵਾਨ ਕਦੋਂ ਬਣਿਆ ਸੀਗਾ ਜੀ ਚੀਫ ਖਾਲਸਾ ਦੀਵਾਨ ਬਣਿਆ ਸੀ ਜੀ 30 ਅਕਤੂਬਰ 1902 ਨੂੰ ਬਣਿਆ ਸੀ ਜਿਹੜਾ ਫਸਟ ਹੈ ਜਿਹੜਾ ਇਹਦਾ ਰਾਈਟ ਆਨਸਰ ਹੈ ਠੀਕ ਹੈ ਤੇ ਇਹਦਾ ਹੈੱਡ ਕੁਆਰਟਰ ਕਿੱਥੇ ਆ ਜੀ ਹੈਡਕੁਆਟਰ ਹੈਗਾ ਇਹਦਾ ਅਮਰਸਰ ਦੇ ਵਿੱਚ ਠੀਕ ਹੈ ਅਗਰ ਤੁਹਾਨੂੰ ਪੁੱਛ ਲਿਆ ਜਾਵੇ ਕਿ ਇਹਦੇ ਪ੍ਰਧਾਨ ਕੌਣ ਨੇ ਨਾ ਪ੍ਰਧਾਨ ਇਸ ਦਿਨ ਦੇ ਪ੍ਰਧਾਨ ਪੁੱਛ ਲਿਆ ਜਾਣ ਤਾਂ ਅਰਜਨ ਸਿੰਘ ਨੇ ਜਿਹੜੇ ਪ੍ਰਧਾਨ ਆਣ ਗਏ ਠੀਕ ਹੈ ਬਸ ਇੰਨੀ ਕਾਫੀ ਇਹਦੇ ਬਾਰੇ ਇਚ ਨਾ ਨੈਕਸਟ ਚੱਲਦੇ ਆਂ ਕਹਿੰਦੇ ਪ੍ਰਾਚਨ ਕਾਲ ਵਿੱਚ ਪੰਜਾਬ ਨੂੰ ਟੱਕ ਦੇਸ਼ ਕਿਉਂ ਕਿਹਾ ਜਾਂਦਾ ਸੀ ਟੱਕ ਰਾਜਾਂ ਕਰਕੇ ਗਿਆ ਜਾਂਦਾ ਹੈ ਦੀ ਟੱਕ ਸਿੱਕਿਆਂ ਦੇ ਕਰਕੇ ਜਾਂ ਟੱਕ ਕਬੀਲੇ ਕਰਕੇ ਜਾਂ ਟੱਕ ਪਹਾੜ ਕਰਕੇ ਨਾ ਟੱਕ ਕਬੀਲੇ ਕਰਕੇ ਕਿਹਾ ਜਾਂਦਾ ਸੀ ਜੀ ਪਾਚੀਨ ਕਾਲ ਦੇ ਵਿੱਚ ਪੰਜਾਬ ਨੂੰ ਟੱਕ ਦੇ ਸੋ 3 ਜਿਹੜਾ ਦਾ ਹੈਗਾ ਰਾਈਟ ਆਨਸਰ ਆਏਗਾ ਨੈਕਸਟ ਚਲਦੇ ਆਂ ਇਹਨ ਵਿੱਚ ਲੈਂਗੁਏਜ ਆਰ ਦਾ ਖਾਲਸਾ ਦਰਬਾਰ ਰਿਕਾਰਡਸ ਕਹਿੰਦੇ ਖਾਲਸਾ ਦਰਬਾਰ ਰਿਕਾਰਡ ਕਿਸ ਭਾਸ਼ਾ ਦੀ ਵਿੱਚ ਹੈ ਅੰਗਰੇਜ਼ੀ ਦੇ ਵਿੱਚ ਫਾਰਸੀ ਦੇ ਵਿੱਚ ਉਰਦੂ ਦੇ ਵਿੱਚ ਜਾਂ ਫਿਰ ਪੰਜਾਬੀ ਦੇ ਵਿੱਚ ਸੋ ਰਾਈਟ ਆਨਸਰ ਕੀ ਆਏਗਾ ਜੀ ਫਾਰਸੀ ਸੈਕਿੰਡ ਇਹਦਾ ਰਾਈਟ ਆਨਸਰ ਹੈ ਨੈਕਸਟ ਚਲਦੇ ਆਂ ਕਹਿੰਦੇ ਵੈਂਟਡ ਬਾਬਰ ਅਟੈਕ ਪੰਜਾਬ ਬਾਬਰ ਨੇ ਪੰਜਾਬ ਤੇ ਹਮਲਾ ਕਦੋਂ ਕੀਤਾ ਨਾ ਬੇਸਿਕਲੀ ਇਥੇ ਫਸਟ ਹਮਲੇ ਦੀ ਜਿਹੜੀ ਗੱਲ ਹੋਈ ਹੈ 1519 ਦੇ ਵਿੱਚ ਪਹਿਲਾ ਹਮਲਾ ਕੀਤਾ ਸੀ ਟੋਟਲ ਕਿੰਨੇ ਹਮਲੇ ਕੀਤੇ ਨੇ ਬਾਬਰ ਨੇ ਪੰਜਾਬ ਦੇ ਉੱਪਰ ਪੰਜ ਹਮਲੇ ਕੀਤੇ ਨੇ ਪਹਿਲਾ ਕਦੋਂ ਕੀਤਾ ਸੀ ਜੀ 1519 ਦੇ ਵਿੱਚ ਦੂਜਾ ਵੀ ਕੀ ਹੈ 1519 ਦੇ ਵਿੱਚ ਕੀਤਾ ਸੀਗਾ ਤੀਜਾ ਉਹਨੇ ਕਦੋਂ ਕੀਤਾ ਸੀ 1520 ਦੇ ਵਿੱਚ ਕੀਤਾ ਸੀ ਚੌਥਾ ਕੀਤਾ ਸੀ ਜੀ 1524 ਦੇ ਵਿੱਚ ਤੇ ਪੰਜਵਾਂ ਜਿਹੜਾ ਹਮਲਾ 1526 ਦੇ ਵਿੱਚ ਕੀਤਾ ਸੀ ਜਿਹਨੂੰ ਬੈਟਲ ਆਫ ਪਾਣੀਪਤ ਕਿਹਾ ਜਾਂਦਾ ਹੈ ਠੀਕ ਹੈ ਜੀ ਹਾਂਜੀ ਨੈਕਸਟ ਦੇਖਦੇ ਹਾਂ ਬੰਦਾ ਸਿੰਘ ਬਹਾਦਰ ਦੇ ਸਮੇਂ ਸਰਹੰਦ ਦਾ ਫੌਜਦਾਰ ਕੌਣ ਸੀ ਵਜੀਰ ਖਾਨ ਸੀ ਮੀਰ ਮੰਨੂ ਸੀ ਨਸੀਬ ਖਾਨ ਸੀ ਜਾਂ ਫਿਰ ਆਲਾ ਸਿੰਘ ਸੀ ਹੈਨਾ ਸੋ ਕੌਣ ਸੀ ਜਦੋਂ ਵਜੀਰ ਖਾਨ ਸੀਗਾ ਹੈਨਾ ਜਿਹਨੂੰ ਕੀ ਹੈ ਚੱਪੜ ਚਿੜੀ ਦੇ ਜੁੱਧ ਦੇ ਵਿੱਚ ਮਾਰਿਆ ਸੀ ਹੈਨਾ ਕਿਨੇ ਫਤਿਹ ਸਿੰਘ ਨੇ ਮਾਰਿਆ ਸੀ ਬੰਦਾ ਸਿੰਘ ਬਹਾਦਰ ਨੇ ਨਹੀਂ ਮਾਰਿਆ ਸੀ ਚੱਪੜ ਚਿੜੀ ਦੇ ਜੁੱਧ ਦੇ ਵਿੱਚ ਚਿੜੀ ਦੇ ਜੁੱਧ ਵਿੱਚ ਫਤਿਹ ਸਿੰਘ ਨੇ ਮਾਰਿਆ ਸੀ ਇਹਨੂੰ ਠੀਕ ਹੈ ਕਤੇ ਸਿੰਘ ਨੇ ਮਾਰਿਆ ਸੀ ਨੈਕਸਟ ਚਲਦੇ ਆਂ ਕਹਿੰਦੇ ਬੰਦਾ ਸਿੰਘ ਬਹਾਦਰ ਨੂੰ ਕਿਸ ਮੁਗਲ ਬਾਦਸ਼ਾਹ ਦੀ ਕਹਨ ਤੇ ਸ਼ਹੀਦ ਕੀਤਾ ਗਿਆ ਸੀ ਔਰੰਗਜ਼ੇਬ ਦੇ ਜਹਾਂਗੀਰ ਦੇ ਫਰਖਸ਼ੇਰ ਦੇ ਜਾਂ ਫਿਰ ਸ਼ਾਹ ਬਹਾਦਰ ਸਾਹ ਦੇ ਅਸੀਂ ਪਹਿਲਾਂ ਹੀ ਦੇਖ ਚੁੱਕਿਆ ਹਨ ਫਰਖਸ਼ੇਰ ਦੇ ਕਹਨ ਤੇ ਹੀ ਉਹਨਾਂ ਨੂੰ 1716 ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਬਹੁਤ ਪੂਰੀ ਤਰ੍ਹਾਂ ਦੇ ਨਾਲ ਠੀਕ ਹੈ ਨੈਕਸਟ ਦੇਖਦੇ ਆਂ ਕਹਿੰਦੇ ਅਨੰਦਪੁਰ ਦੀ ਪਹਿਲੀ ਲੜਾਈ ਕਦੋਂ ਹੋਈ ਸੀਗੀ ਹਾਂਜੀ ਇਹ 1701 ਦੇ ਵਿੱਚ ਹੋਈ ਸੀ ਹਨਾ ਅਨੰਦਪੁਰ ਸਾਹਿਬ ਦੀ ਲੜਾਈ ਕਿਹਦੇ ਕਿਹਦੇ ਵਿੱਚ ਹੋਈ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਸਿੰਘ ਤੇ ਰਾਜਾ ਭੀਮ ਚੰਦ ਦੇ ਵਿਚਕਾਰ ਹੋਈ ਸੀ ਠੀਕ ਹੈ ਜਿਹੜੀ ਅਨੰਦਪੁਰ ਸਾਹਿਬ ਦੀ ਇਹ 1701 ਦੇ ਵਿੱਚ ਹੋਈ ਸੀਗੀ ਫਸਟ ਬੈਟਲ ਠੀਕ ਹੈ ਨੈਕਸਟ ਚਲਦੇ ਆਂ ਕਹਿੰਦੇ ਪੰਜਾਬ ਦਾ ਅਖੀਰਲਾ ਸਿੱਖ ਮਹਾਰਾਜਾ ਕੌਣ ਸੀ ਰਣਜੀਤ ਸਿੰਘ ਸ਼ੇਰ ਸਿੰਘ ਦਲੀਪ ਸਿੰਘ ਜਾਂ ਫਿਰ ਨਰਿੰਦਰ ਸਿੰਘ ਉਹ ਹੈਗੇ ਸੀ ਜੀ ਮਹਾਰਾਜਾ ਦਲੀਪ ਸਿੰਘ ਹਨਾ ਜਿਹੜੇ ਕਿ 1849 ਤੱਕ ਰਹੇ ਸੀ ਨਾ 1849 ਦੇ ਵਿੱਚ ਕੀ ਹੈ ਅੰਗਰੇਜ਼ਾਂ ਨੇ ਆਪਣੇ ਰਾਜ ਦੇ ਵਿੱਚ ਮਲਾ ਲਿਆ ਸੀ ਪੰਜਾਬ ਨੂੰ ਇਹਨਾਂ ਨੂੰ ਬਲੈਕ ਪ੍ਰਿੰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਨੈਕਸਟ ਦੇਖਦੇ ਹਾਂ ਮਹਾਰਾਜ ਜੀ ਸਿੰਘ ਨੇ ਅੰਮ੍ਰਿਤਸਰ ਤੇ ਜਿੱਤ ਕਦੋਂ ਪ੍ਰਾਪਤ ਕੀਤੀ ਸੀ ਹਾਂਜੀ ਅੰਮ੍ਰਿਤਸਰ ਤੇ ਮਹਾਰਾਜ ਜੀ ਸਿੰਘ ਦੀ ਜਿੱਤ ਕਦੋਂ ਹੋਈ ਸੀ ਜੀ 1805 ਦੇ ਵਿੱਚ 1806 ਦੇ ਵਿੱਚ 1807 ਦੇ ਵਿੱਚ ਜਾਂ ਫਿਰ 1808 ਦੇ ਵਿੱਚ ਮਹਾਰਾਜਾ ਜੀਨ ਸਿੰਘ ਨੇ 1805 ਦੇ ਵਿੱਚ ਕੀ ਹੈ ਅੰਮ੍ਰਿਤਸਰ ਨੂੰ ਪੰਗਿਆਂ ਤੋਂ ਜਿੱਤਿਆ ਸੀ ਠੀਕ ਹੈ ਪੰਗਿਆਂ ਤੋਂ ਜਿੱਤਿਆ ਸੀ ਜੀ 1805 ਦੇ ਵਿੱਚ ਠੀਕ ਹੈ ਸੋ 1805 ਦੇ ਵਿੱਚ ਹੋਈ ਸੀ ਨੈਕਸਟ ਚਲਦੇ ਆ ਕਿਹਨੇ ਦਾਲ ਖਾਲਸਾ ਦਾ ਪਹਿਲਾ ਸੈਨਾਪਤੀ ਕੌਣ ਸੀਗਾ ਨਵਾਬ ਕਪੂਰ ਸਿੰਘ ਸੀ ਜੱਸਾ ਸਿੰਘ ਰਾਮਗੜੀਆ ਸੀ ਜਾਂ ਫਿਰ ਜੱਸਾ ਸਿੰਘ ਆਲੂਵਾਲੀਆ ਸੀ ਹਾਂਜੀ ਕੀ ਆਏਗਾ ਜੀ ਇਸ ਦਾ ਰਾਈਟ ਆਨਸਰ ਆਏਗਾ ਜੱਸਾ ਸਿੰਘ ਆਲੂਵਾਲੀਆ ਹੈਗੇ ਸੀ ਠੀਕ ਹੈ ਨੈਕਸਟ ਚਲਦੇ ਆਂ ਕਹਿੰਦੇ ਹੇਠ ਲਿਖਿਆਂ ਵਿੱਚੋਂ ਕਿਹੜਾ ਦੁਨੀਆ ਦਾ ਸਭ ਤੋਂ ਉੱਚੇ ਸੜਕ ਮਾਰਗਾਂ ਦੇ ਵਿੱਚੋਂ ਇੱਕ ਹੈ ਮਨਾਲੀ ਲੇ ਚਾਂਗਲਾ ਮੁੰਬਈ ਪੂਨੇ ਜਾਂ ਫਿਰ ਦਿੱਲੀ ਚੰਡੀਗੜ੍ਹ ਹਾਂਜੀ ਕਿਹੜਾ ਜੀ ਸਭ ਤੋਂ ਉੱਚੇ ਸੜਕ ਮਾਰਗਾਂ ਦੇ ਵਿੱਚੋਂ ਹੈਗਾ ਮਨਾਲੀ ਲੇ ਹੈ ਫਸਟੇ ਦਾ ਰਾਈਟ ਆਨਸਰ ਹੈ ਨੈਕਸਟ ਚਲਦੇ ਆਂ ਕਹਿੰਦੇ ਗੁਰੂ ਨਾਨਕ ਦੇਵ ਜੀ ਨੂੰ ਕਿੰਨੇ ਸਾਲ ਦੀ ਉਮਰ ਦੇ ਵਿੱਚ ਪੰਦੇ ਕੋਲ ਪੜਨ ਦੇ ਲਈ ਭੇਜਿਆ ਗਿਆ ਸੀ 7 ਸਾਲ ਦੀ ਉਮਰ ਦੇ ਵਿੱਚ 5 ਸਾਲ ਦੀ ਉਮਰ ਦੇ ਵਿੱਚ 6 ਸਾਲ ਦੀ ਉਮਰ ਦੇ ਵਿੱਚ ਜਾਂ ਫਿਰ 8 ਸਾਲ ਦੀ ਉਮਰ ਦੇ ਵਿੱਚ ਹਾਂਜੀ ਗੁਰੂ ਨਾਨਕ ਦੇਵ ਜੀ ਨੂੰ 7 ਸਾਲ ਦੀ ਉਮਰ ਦੇ ਵਿੱਚ ਪੰਦੇ ਕੋਲ ਪੜਨ ਦੀ ਲਈ ਭੇਜਿਆ ਗਿਆ ਸੀ ਫਸਟ ਇਹਦਾ ਰਾਈਟ ਆਪਸ਼ਨ ਹੈ ਠੀਕ ਹੈ ਜੀ ਨੈਕਸਟ ਚਲਦੇ ਹਾਂ ਕਹਿੰਦੇ ਮੋਤੀ ਮਹਿਲ ਤੇ ਸ਼ੀਸ਼ ਮਹਿਲ ਕਿਸ ਜ਼ਿਲ੍ਹੇ ਦੇ ਵਿੱਚ ਹਨ ਪਟਿਆਲਾ ਦੇ ਵਿੱਚ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਾਂ ਫਿਰ ਲੁਧਿਆਣੇ ਦੇ ਵਿੱਚ ਹਾਂਜੀ ਇਹ ਦੋਨੋਂ ਹੈਗੇ ਆ ਜੀ ਪਟਿਆਲੇ ਦੇ ਵਿੱਚ ਹਨਾ ਕਿਹਨੇ ਬਣਵਾਏ ਸੀ ਜੀ ਇਹ ਨਰਿੰਦਰ ਸਿੰਘ ਨੇ ਬਣਵਾਏ ਸੀ ਤੇ ਪਟਿਆਲਾ ਕਿਹਨੇ ਬਣਵਾਇਆ ਸੀ ਜੀ ਬਾਬਾ ਆਲਾ ਨੇ ਹਨਾ ਬਾਬਾ ਆਲਾ ਨੇ ਜਿਹੜਾ ਪਟਿਆਲਾ ਬਣਾਇਆ ਸੀਗਾ ਠੀਕ ਹੈ ਨੈਕਸਟ ਚੱਲਦੇ ਆਂ ਕਹਿੰਦੇ ਹੇਡ ਲਿਖਿਆਂ ਵਿੱਚੋਂ ਲੋਕ ਸਭਾ ਦੇ ਸਭ ਤੋਂ ਲੰਬੇ ਸਮੇਂ ਦੇ ਸਪੀਕਰ ਕੌਣ ਰਹੇ ਸੀ ਡਾਕਟਰ ਬਲਰਾਮ ਜਾਖੜ ਜਾਫਿਰ ਗੁਰਪਾਚ ਗੁਰਵਚਨ ਸਿੰਘ ਟੋੜਾ ਹਰਚੰਦ ਸਿੰਘ ਲੌਂਗਵਾਲ ਜਾਂ ਫਿਰ ਬਿਆਨਤ ਸਿੰਘ ਹਾਂਜੀ ਲੋਕ ਸਭਾ ਦੇ ਸਭ ਤੋਂ ਲੰਬੇ ਸਮੇਂ ਦੇ ਸਪੀਕਰ ਰਹਿਣ ਵਾਲੇ ਨੇ ਜੀ ਡਾਕਟਰ ਬਲਰਾਮ ਜਾਖੜ ਕੌਣ ਨੇ ਜੀ ਇਹ ਜਿਹੜੇ ਸੁਨੀਲ ਜਾਖੜ ਦੇ ਫਾਦਰ ਨੇਗੇ ਠੀਕ ਹੈ ਨੈਕਸਟ ਦੇਖਦੇ ਹਾਂ ਸ਼ਹੀਦ ਉਦਮ ਸਿੰਘ ਦਾ ਹੋਰ ਨਾਮ ਕੀ ਸੀ ਜੀ ਸ਼ਹੀਦ ਉਦਮ ਸਿੰਘ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਰਾਮ ਮੁਹੰਮਦ ਸਿੰਘ ਆਜ਼ਾਦ ਹਿੰਮਤ ਸਿੰਘ ਲਾਲ ਸਿੰਘ ਆਜ਼ਾਦ ਜਾਂ ਫਿਰ ਉਪਰੋਕਤ ਦੇ ਵਿੱਚੋਂ ਕੋਈ ਨਹੀਂ ਹਾਂਜੀ ਸੀਦੂ ਉਦਮ ਸਿੰਘ ਦਾ ਹੋਰ ਨਾਮ ਕੀ ਸੀ ਜੀ ਰਾਮ ਮੁਹੰਮਦ ਸਿੰਘ ਆਜ਼ਾਦ ਸੀਗਾ ਸੋ ਫਸਟ ਇਹਦਾ ਰਾਈਟ ਆਪਸ਼ਨ ਹੈ ਠੀਕ ਹੈ ਨੈਕਸਟ ਚਲਦੇ ਆਂ ਕਹਿੰਦੇ ਵਾਟ ਇਜ਼ ਅ ਸ਼ੇਪ ਆਫ ਦਾ ਪੰਜਾਬ ਸਟੇਟ ਕਹਿੰਦੇ ਪੰਜਾਬ ਰਾਜ ਦੀ ਜਿਹੜੀ ਸ਼ਕਲ ਉਹ ਕਿਵੇਂ ਦੀ ਹੈਗੀ ਤਿਕੋਣੀ ਹੈ ਵਰਗ ਹੈ ਆਇਤਕਾਰਾ ਜਾਂ ਫਿਰ ਰੋਮਬਸ ਦੀ ਤਰ੍ਹਾਂ ਬਣਿਆ ਹੋਇਆ ਪੰਜਾਬ ਹਾਂਜੀ ਪੰਜਾਬ ਦਾ ਮੈਪ ਸਾਰਿਆਂ ਨੇ ਦੇਖਿਆ ਹੋਏਗਾ ਨਾ ਪੰਜਾਬ ਰਾਜ ਦੀ ਜਿਹੜੀ ਸ਼ੇਪ ਹੈ ਉਹ ਤਿਕੋਣੀ ਹੈ ਹੈਨਾ ਸਮੋਸੇ ਦੀ ਤਰ੍ਹਾਂ ਬਣੀ ਹੋਈ ਹੈ ਸੋ ਨੈਕਸਟ ਦੇਖਦੇ ਆਂ ਕਹਿੰਦੇ ਕਿਲਾ ਮੁਬਾਰਕ ਬਹੁਤ ਇਤਿਹਾਸਿਕ ਮਹੱਤਵ ਵਾਲਾ ਸਮਾਰਕ ਹੈ ਪੰਜਾਬ ਦੇ ਕਿਸ ਸ਼ਹਿਰ ਦੇ ਵਿੱਚ ਹੈ ਹਾਂਜੀ ਕਿਲਾ ਮੁਬਾਰਕ ਕਿੱਥੇ ਹੈ ਜੀ ਪਠਾਨਕੋਟ ਦੇ ਵਿੱਚ ਹੈ ਫਿਰੋਜ਼ਪੁਰ ਦੇ ਵਿੱਚ ਹੈ ਅਮਰਸਰ ਦੇ ਵਿੱਚ ਹੈ ਜਾਂ ਫਿਰ ਬਠਿੰਡਾ ਦੇ ਵਿੱਚ ਹੈ ਹਾਂਜੀ ਇਹਨਾਂ অপਸ਼ਨ ਦੇ ਵਿੱਚੋਂ ਕੀ ਆਏਗਾ ਜੀ ਕਿਲਾ ਮੁਬਾਰਕ ਕਿੱਥੇ ਹੈ ਪਟਿਆਲੇ ਦੇ ਵਿੱਚ ਵੀ ਹੈਗਾ ਕਿਲਾ ਮੁਬਾਰਕ ਨਾ ਸੋ ਇਹਨਾਂ ਦੇ ਵਿੱਚੋਂ ਕੀ ਆਏਗਾ ਜੀ ਬਠਿੰਡਾ ਆਏਗਾ ਠੀਕ ਹੈ ਬਠਿੰਡਾ ਦੇ ਵਿੱਚ ਵੀ ਹੈਗਾ ਸੋ ਫੋਰਥ ਜਿਹੜਾ ਇਹਦਾ ਹੈਗਾ ਰਾਈਟ অপਸ਼ਨ ਹੈ ਨੈਕਸਟ ਚਲਦੇ ਹਾਂ ਕਹਿੰਦੇ ਬਾਬਰ ਦੀ ਪੰਜਾਬ ਉੱਤੇ ਹਮਲੇ ਸਮੇ ਮੁੱਖ ਤੋਪਚੀਆਂ ਦਾ ਨਾਮ ਕੀ ਸੀ ਅਲੀਤੇ ਜਾਂ ਫਿਰ ਮੁਕਤ ਮੁਕਤਖਾਂ ਮੁਕਤਖਾਂ ਨਹੀਂ ਆਏਗਾ ਇੱਥੇ ਮੁਕਤਸਾ ਆਏਗਾ ਹੈਨਾ ਜਾਂ ਫਿਰ ਇਹ ਦੋਵੇਂ ਸੀ ਜਾਂ ਉਹਨਾਂ ਦੇ ਵਿੱਚੋਂ ਕੋਈ ਨਹੀਂ ਸੀ ਹਾਂਜੀ ਜਦੋਂ ਉਹ ਕਹਿੰਦੇ ਬਾਬਰ ਨੇ ਪੰਜਾਬ ਉੱਤੇ ਟੋਟਲ 5 ਹਮਲੇ ਕੀਤੇ ਸੀ ਹੈਨਾ ਜਦੋਂ ਉਸਨੇ ਆਦੇ ਕਹਿੰਦੇ ਤੋਪਾਂ ਦਾ ਇਸਤੇਮਾਲ ਕੀਤਾ ਸੀ ਆਪਣੇ ਆਪਣੇ ਹਮਲੇ ਦੇ ਵਿੱਚ ਨਾ 1526 ਦੇ ਵਿੱਚ ਤਾਂ ਉਹ ਮੁੱਖ ਜਿਹੜੇ ਤੋਪਚੀ ਸੀ ਉਹਨਾਂ ਦਾ ਨਾਮ ਕੀ ਸੀ ਉਹਨਾਂ ਦਾ ਨਾਮ ਸੀ ਜੀ ਅਲੀ ਤੇ ਮੁਖਤਸਾ ਹਨਾ ਸੋ ਦੋਨੇ ਸੀ ਜੀ ਇਹ ਸੋ ਥਰਡ ਦਾ ਰਾਈਟ ਆਪਸ਼ਨ ਆਏਗਾ ਠੀਕ ਹੈ ਨੈਕਸਟ ਚਲਦੇ ਆਂ ਪੰਜਾਬ ਦਾ ਕੁੱਲ ਖੇਤੀ ਜੋਗ ਰਕਬਾ 4.2 ਮਿਲੀਅਨ ਹੈਕਟੇਅਰ ਹੈ ਜੋ ਕਿ ਭਾਰਤ ਵਿੱਚ ਬੀਜੇ ਜਾਣ ਵਾਲੇ ਸ਼ੁੱਧ ਖੇਤਰਫਲ ਦਾ ਲਗਭਗ ਕਿੰਨਾ ਬੰਦਾ ਹੈਗਾ ਦੇਖੋ ਜਿਹੜੇ ਸੈਂਸਸ ਨੇ 2011 ਦੇ ਨੇ ਠੀਕ ਹੈ ਸੋ ਕਿੰਨੇ ਪ੍ਰਸ਼ਤ ਵੰਜਾ ਦੀ 5 ਪ੍ਰਸ਼ਤ ਵੰਦਾ ਹੈ 9 ਪ੍ਰਸ਼ਤ ਹੈ 3 ਪ੍ਰਸ਼ਤ ਹੈ ਜਾਂ ਫਿਰ 7 ਪ੍ਰਸ਼ਤ ਹੈ ਹਾਂਜੀ ਕਿੰਨਾ ਬੰਦਾ ਜੀ ਇਹ ਸਿਰਫ 3 ਪ੍ਰਸ਼ਤ ਹੀ ਬੰਦਾ ਠੀਕ ਹੈ 3% ਹੈ ਸਿਰਫ ਥਰਡ ਜਿਹੜਾ ਦਾ ਹੈਗਾ ਰਾਈਟ ਆਨਸਰ ਹੈ ਨੈਕਸਟ ਦੇਖਦੇ ਹਾਂ ਕਹਿੰਦੇ ਪੰਜਾਬ ਉੱਪਰ ਪੂਰਬ ਅਤੇ ਉੱਤਰ ਵੱਲ ਇਹਨਾਂ ਵਿੱਚੋਂ ਕਿਹੜੀਆਂ ਸ਼੍ਰਿਆਣੀਆਂ ਨਾਲ ਕਿਰਿਆ ਹੋਇਆ ਹੈ ਸ਼ਿਵਾਲਿਕ ਰੇਂਜ ਦੇ ਨਾਲ আরাਬਲੀ ਰੇਂਜ ਦੇ ਨਾਲ ਕੋਰਾਕੋਰਮ ਰੇਂਜ ਦੇ ਨਾਲ ਫਿਰ ਜਾਂ ਫਿਰ ਵਿੰਦਿਆ ਰੇਂਜ ਦੇ ਨਾਲ ਕਿਰਿਆ ਹੋਇਆ ਹੈਗਾ ਹਨਾ ਕਹਿੰਦਾ ਪੰਜਾਬ ਜਿਹੜਾ ਉੱਤਰ ਪੂਰਬ ਅਤੇ ਉੱਤਰਵਲ ਹੈ ਨਾ ਕਹਦੇ ਨਾਲ ਕਿਹਾ ਹੋਇਆ ਜੀ ਸਵਾਲਿਕ ਰੇਂਜ ਦੇ ਨਾਲ ਕਿਹਾ ਹੋਇਆ ਸੋ ਫਸਟ ਜਿਹੜਾ ਦਾ ਹੈਗਾ ਰਾਈਟ ਆਨਸਰ ਹੈ ਨੈਕਸਟ ਚਲਦੇ ਆਂ ਇਥੇ ਤਾਂ ਦਿੱਤੀਆਂ ਵਿੱਚੋਂ ਕਿਹੜਾ ਡੈਮ ਸਤਲੂਜ ਨਦੀ ਤੇ ਬਣਿਆ ਹੋਇਆ ਹੈਗਾ ਸੋ ਜਿਹੜਾ ਪਾਖੜਾ ਡੈਮ ਹੈ ਜੀ ਇਹ ਸਤਲੂਜ ਨਦੀ ਦੇ ਉੱਪਰ ਬਣਿਆ ਹੋਇਆ ਹੈਗਾ ਠੀਕ ਹੈ ਕਿੱਥੇ ਹੈਗਾ ਜੀ ਇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਨਾ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈਗਾ ਸੋ ਜਿਹੜੀ ਸਤਲੂਜ ਨੂੰ ਕੀ ਹੈਗਾ ਜੀ ਪੰਜਾਬ ਦੀ ਲੌਂਗੇਸਟ ਜਿਹੜੀ ਦੀਵਰਾਹੋ ਮੰਨਿਆ ਜਾਂਦਾ ਹੈਗਾ ਠੀਕ ਹੈ ਨੈਕਸਟ ਦੇਖਦੇ ਹਾਂ ਪੰਜਾਬ ਵਿੱਚ ਫਰਸਟ ਸੌਫਟਵੇਅਰ ਟੈਕਨੋਲੋਜੀ ਪਾਰਕ ਐਸਟੀਪੀ ਕਿਸ ਸ਼ਹਿਰ ਵਿੱਚ 1998 ਤੇ 99 ਦੇ ਵਿੱਚ ਸਥਾਪਿਤ ਕੀਤਾ ਗਿਆ ਪਟਿਆਲਾ ਦੇ ਵਿੱਚ ਮਾਹਲੀ ਦੇ ਵਿੱਚ ਲੁਧਿਆਣਾ ਦੇ ਵਿੱਚ ਜਾਂ ਫਿਰ ਅੰਮ੍ਰਿਤਸਰ ਦੇ ਵਿੱਚ ਕੀਤਾ ਗਿਆ ਸੀ ਇਹ ਕੀਤਾ ਗਿਆ ਸੀ ਜੀ ਮਾਹਲੀ ਦੇ ਵਿੱਚ ਹਨਾ ਸੋ ਸੈਕੰਡ ਜਿਹੜਾ ਇਹਦਾ ਰਾਈਟ ਆਨਸਰ ਆਏਗਾ ਨੈਕਸਟ ਦੇਖਦੇ ਹਾਂ ਕਹਿੰਦੇ ਹੇਠਾਂ ਦਿੱਤੇਆਂ ਵਿੱਚੋਂ ਕਿਹੜਾ ਪੰਜਾਬ ਵਿੱਚ ਵਿਮੁਕਤ ਕਬੀਲਿਆ ਦੀ ਕੈਟਾਗਰੀ ਦੇ ਤਰ੍ਹਾਂ ਤਾਂ ਆਉਂਦਾ ਹੈ ਕਹਿੰਦੇ ਵਿਚ ਆਫ ਦਾ ਫੋਲੋਇੰਗ ਕਮਸ ਅੰਡਰ ਦਾ ਕੈਟਾਗਰੀ ਆਫ ਬਿਮੁਖਤ ਟ్రਾਈਬ ਇਨ ਪੰਜਾਬ ਲੋਹਾਰ ਆਏਗਾ ਇੱਥੇ ਲੋਹਾਰ ਆਉਂਦੇ ਨੇ ਮਰਾਸੀ ਆਉਂਦੇ ਨੇ ਨਾਟ ਆਉਂਦੇ ਨੇ ਜਾਂ ਫਿਰ ਇਹਨਾਂ ਦੇ ਵਿੱਚੋਂ ਕੋਈ ਨਹੀਂ ਆਉਂਦੀ ਸੋ ਜਿਹੜੇ ਨਾਟ ਹੈਗੇ ਆ ਜੀ ਉਹ ਬਿਮੁਖਤ ਟ్రਾਈਬ ਦੇ ਅੰਡਰ ਆਉਂਦੇ ਨੇ ਠੀਕ ਹੈ ਸੋ ਥਰਡ ਇਹਦਾ ਹੈਗਾ ਰਾਈਟ ਆਨਸਰ ਹੈਗਾ ਨੈਕਸਟ ਚਲਦੇ ਆਂ ਕਹਿੰਦੇ ਹੈ ਕਿ ਹਿੰਦਾਂ ਦਿੱਤੀ ਗੁਰਦੁਆਰਿਆਂ ਵਿੱਚੋਂ ਕਿਸ ਤੇ ਆਲ ਵਾਲੇ ਸਭ ਤੋਂ ਵੱਡਾ ਸ਼ੋਬਰ ਹੈਗਾ ਸ੍ਰੀ ਇਕਾਲ ਤਖਸੈਬ ਹੈ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਹੈ ਅਮਰਸਰ ਸਾਹਿਬ ਹੈ ਜਾਂ ਫਿਰ ਗੁਰਦੁਆਰਾ ਸ੍ਰੀ ਤਰਨ ਤਰਨ ਸਾਹਿਬ ਹੈਗਾ ਦੇਖੋ ਅਮਰਸਰ ਸਾਹਿਬ ਵੀ ਜਿਹੜਾ ਹੈਗਾ ਹਨਾ ਪਾਣੀ ਦੇ ਵਿੱਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਬਟ ਗੁਰਦੁਆਰਾ ਜਿਹੜਾ ਸ੍ਰੀ ਤਰਨ ਤਰਨ ਸਾਹਿਬ ਹੈ ਇੱਥੇ ਕੀ ਹੈ ਸਭ ਤੋਂ ਵੱਡਾ ਜਿਹੜਾ ਹੈਗਾ ਸ਼ੋਬਰ ਬਣਿਆ ਹੋਇਆ ਸੋ ਫੋਰਥ ਜਿਹੜਾ ਦਾ ਹੈਗਾ ਰਾਈਟ ਆਨਸਰ ਆਏਗਾ ਨੈਕਸਟ ਚਲਦੇ ਆਂ ਕਹਿੰਦੇ <Sanye> 2011 ਦੀ ਜਨਗਾਨਾ ਦੇ ਅਨੁਸਾਰ ਹੇਠਾਂ ਦਿੱਤਿਆਂ ਵਿੱਚੋਂ ਪੰਜਾਬ ਦਾ ਕਿਹੜਾ ਜ਼ਿਲ੍ਹਾ ਬਹੁਤ ਘੰਤਾ ਵਾਲੀ ਆਬਾਦੀ ਦਾ ਹੈ ਗੁਰਦਾਸਪੁਰ ਹੈ ਅਮਰਸਰ ਹੈ ਲੁਧਿਆਣਾ ਹੈ ਜਾਂ ਫਿਰ ਫਿਰੋਜ਼ਪੁਰ ਹੈ ਹਾਂਜੀ 2011 ਦੇ ਤੋਂ ਇਹ ਪੁੱਛਿਆ ਗਿਆ ਹੈਗਾ ਹਨਾ ਸੋ ਲੁਧਿਆਣਾ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਹਨਾ ਬਹੁਤ ਜ਼ਿਆਦਾ ਘੰਤਾ ਵਾਲਾ ਵੀ ਤੇ ਆਬਾਦੀ ਵਾਲਾ ਵੀ ਇਹ ਤੇ ਘੰਤਾ ਵਾਲਾ ਵੀ ਜ਼ਿਲ੍ਹਾ ਇਹੀ ਹੈਗਾ ਹਨਾ ਸੋ ਲੁਧਿਆਣਾ ਜਿਹੜਾ ਹੈਗਾ ਇਹਦਾ ਰਾਈਟ ਆਪਸ਼ਨ ਹੈਗਾ ਦੇਖੋ ਕਈ ਵਾਰ ਕੁਐਸਚਨ ਇਹ ਵੀ ਪੁੱਛਿਆ ਜਾਂਦਾ ਹੈ ਕਿ ਜਿਹੜੀ ਪਹਿਲੀ ਜਾਣਗਾਰਨਾ ਹੈ ਉਹ ਕਦੋਂ ਸ਼ੁਰੂ ਹੋਈ ਸੀ ਹੈਨਾ ਪਹਿਲੀ ਜਾਣਗਾਰਨਾ 1800 1872 ਦੇ ਵਿੱਚ ਸ਼ੁਰੂ ਹੋਈ ਸੀ 1872 ਦੇ ਵਿੱਚ ਸ਼ੁਰੂ ਹੋਈ ਸੀ ਲਾਰਡ ਮਾਇਓ ਦੇ ਟਾਈਮ 'ਸੇ ਠੀਕ ਹੈ ਲਾਰਡ ਮਾਇਓ ਦੇ ਟਾਈਮ ਤੇ ਸ਼ੁਰੂ ਹੋਈ ਸੀ ਜਿਹੜੀ ਫਰਸਟ ਜਾਣਗਾਰਨਾ ਹੈ ਇਹ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਕਹਿੰਦੇ ਇੰਦਰਾ ਗਾਂਧੀ ਕਨਾਲ ਦਾ ਲਾਰਜੇਸਟ ਇਰੀਗੇਸ਼ਨ ਕਨਾਲ ਇਨ ਇੰਡੀਆ ਸਟਾਰਟਸ ਫਰੋਮ ਵਿਚ ਆਫ ਦਾ ਫੋਲੋਇੰਗ ਬੈਰੇਜ ਕਹਿੰਦੇ ਇੰਦਰਾ ਗਾਂਧੀ ਨਹਿਰ ਭਾਰਤ ਦੀ ਸਭ ਤੋਂ ਵੱਡੀ ਸਿੰਚਾਈ ਨਹਿਰ ਹੀਠਾਂ ਵਿੱਚੋਂ ਕਿਸ ਬੈਰਾਜ ਤੋਂ ਸ਼ੁਰੂ ਹੁੰਦੀ ਹੈ ਤਲਵਾੜਾ ਬੈਰਾਜ ਤੋਂ ਹਰੀਕੇ ਬੈਰਾਜ ਤੋਂ ਕੋਸੀ ਬੈਰਾਜ ਤੋਂ ਜਾਂ ਫਿਰ ਕੋਟਾ ਬੈਰਾਜ ਤੋਂ ਹਾਂਜੀ ਇਸ ਦਾ ਰਾਈਟ ਆਪਸ਼ਨ ਆਏਗਾ ਜੀ ਹਰੀਕੇ ਬੈਰਾਜ ਹੈ ਨਾ ਤਰਨ ਤਰਨ ਦੇ ਵਿੱਚ ਠੀਕ ਹੈ ਤਰਨ ਤੇ ਵਿੱਚ ਸੋ ਨੈਕਸਟ ਚਲਦੇ ਹਾਂ ਕਹਿੰਦੇ ਫਲੋਰ ਦਾ ਕਿਲਾ ਜੋ ਕਿ ਅਸਲ ਵਿੱਚ ਇੱਕ ਸਰਾਈ ਸੀ ਨੂੰ ਖੇਡ ਲਿਕੇ ਸ਼ਾਸਕਾਂ ਵਿੱਚੋਂ ਕਿਸ ਨੇ ਕਿਲੇ ਵਜੋਂ ਦੁਬਾਰਾ ਬਣਾਇਆ ਸੀ ਔਰੰਗਜ਼ੇਬ ਨੇ ਬਣਾਇਆ ਸੀ ਮਹਾਰਾਜਾ ਕੜਕ ਸਿੰਘ ਨੇ ਸ਼ਾਹ ਜਹਾਨ ਨੇ ਜਾਂ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀਗਾ ਹਾਂਜੀ ਇਸ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ ਹਨਾ ਆਪਣੇ ਸ਼ਾਸਨ ਕਾਲ ਦੇ ਵਿੱਚ ਨਾ 1780 ਤੋਂ 1839 ਦੇ ਸ਼ਾਸਨ ਕਾਲ ਦੇ ਵਿੱਚ ਵਿੱਚ ਬਣਾਇਆ ਸੀਗਾ ਹਨਾ ਬਟ ਫਿਰ ਕੀ ਹੋਇਆ ਜਦੋਂ 1846 ਦੇ ਵਿੱਚ ਹਨਾ ਅਲੀਵਾਲ ਦੀ ਜਿਹੜੀ ਲੜਾਈ ਸੀ ਉਹਦੇ ਵਿੱਚ ਕੀ ਐ ਸਿੱਖਾਂ ਦੀ ਹਾਰ ਹੋਈ ਤਾਂ ਕੀ ਐ ਨਾਤੇ ਕੀ ਐ ਅੰਗਰੇਜ਼ਾਂ ਨੇ ਇਸ ਤੇ ਕੀ ਕੀਤਾ ਕਬਜ਼ਾ ਕਰ ਲਿਆ ਠੀਕ ਹੈ ਇਸ ਕੀ ਲੇਤੇ ਸੋ ਨਕਸ਼ ਦੇਖਦੇ ਹਾਂ ਕਹਿੰਦੇ ਪੰਜਾਬ ਦੀ ਔਸਤ ਉਚਾਈ ਸਮੁੰਦਰ ਤਲ ਤੋਂ ਕਿੰਨੀ ਹੈਗੀ ਸਮੁੰਦਰ ਤਲ ਤੋਂ ਕਿੰਨੀ ਔਸਤ ਉਚਾਈ ਹੈਗੀ ਜਿਹੜੀ ਪੰਜਾਬ ਦੀ ਹੈਗੀ ਆ 100 ਮੀਟਰ ਹੈ 200 ਮੀਟਰ ਹੈ 400 ਮੀਟਰ ਹੈ ਜਾਂ ਫਿਰ 300 ਮੀਟਰ ਹੈ ਹਾਂਜੀ ਰਾਈਟ ਆਨਸਰ ਕੀ ਆਇਆ ਗਿਆ ਜੀ ਇਹਦਾ ਪੰਜਾਬ ਦੀ ਜਿਹੜੀ ਸਮੁੰਦਰ ਤਲ ਤੋਂ ਔਸਤ ਉਚਾਈ ਹੈ ਉਹ 300 ਮੀਟਰ ਹੈ 104 ਤੇ ਦਾ ਰਾਈਟ ਆਨਸਰ ਹੈ ਠੀਕ ਹੈ ਨੈਕਸਟ ਚਲਦੇ ਹਾਂ ਪੰਜਾਬ ਦੇ ਭਾਰਤੀ ਹਿੱਸੇ ਵਿੱਚ ਬਰਸਾਤ ਦਾ ਮੌਸਮ ਜ਼ਿਆਦਾਤਰ ਡੈਸ਼ ਅਤੇ 10 ਮਹੀਨੇ ਦੇ ਅੰਤ ਤੱਕ ਹੁੰਦਾ ਹੈ ਹਾਂਜੀ ਪੰਜਾਬ ਦੇ ਵਿੱਚ ਜਿਹੜਾ ਬਰਸਾਤੀ ਮੌਸਮ ਹੈ ਉਹ ਪੁੱਛਿਆ ਗਿਆ ਹੈਗਾ ਬੇਸਿਕਲੀ ਕਦੋਂ ਤੋਂ ਕਦੋਂ ਤੱਕ ਹੁੰਦਾ ਹੈਗਾ ਨਕੋਂ ਤੋਂ ਤੋਂ ਕਦੋਂ ਤੱਕ ਹੁੰਦਾ ਜੀ ਜੁਲਾਈ ਤੋਂ ਸਤੰਬਰ ਹੁੰਦਾ ਹੈ ਨਾ ਸੋ 3 ਇਹਦਾ ਰਾਈਟ ਆਨਸਰ ਹੈ ਨੈਕਸਟ ਚੱਲਦੇ ਹਾਂ ਕਹਿੰਦੇ ਪੰਜਾਬ ਵਿੱਚ ਬਾਜੀਗਰ ਗੁਆਰ ਨਸਲੀ ਸਮੂਹ ਇਤਿਹਾਸਿਕ ਤੌਰ ਤੇ ਹੇੜ ਲਿਖਿਆਂ ਵਿੱਚੋਂ ਹੇੜ ਲਿਖੇ ਪੈਸਿਆਂ ਵਿੱਚੋਂ ਕਿਸਦੇ ਨਾਲ ਜੁੜਾ ਹੋਇਆ ਹੈ ਇਥੇ ਪੇਸ਼ੀਆਂ ਆਏਗਾ ਜੀ ਪੇਸ਼ੀਆਂ ਪੇਸ਼ਾ ਮਤਲਬ ਕੰਮ ਹੈ ਨਾ ਤਰਖਾਨ ਪ੍ਰਦਰਸ਼ਨਕਾਰੀ ਕਲਾਕਾਰ ਮੋਚੀ ਜਾਂ ਫਿਰ ਲਹਾਰ ਹਾਂਜੀ ਕਿਹਦੇ ਨਾਲ ਜੁੜਿਆ ਹੋਇਆ ਜੀ ਪ੍ਰਦਰਸ਼ਨ ਕਾਲੀ ਕਲਾਕਾਰ ਨਾਲ ਠੀਕ ਹੈ ਸੈਕਿੰਡ ਇਹਦਾ ਰਾਈਟ ਆਨਸਰ ਆਏਗਾ ਨੈਕਸਟ ਚਲਦੇ ਹਾਂ ਕਹਿੰਦੇ 2011 ਦੀ ਮਰਦਮ ਸਮਰਥ ਦੇ ਅਨੁਸਾਰ ਸਾਖਰਤਾ ਦੇ ਸਬੰਧ ਪੰਜਾਬ ਦਾ ਰਾਸ਼ਟਰੀ ਦਰਜਾ ਕੀ ਸੀਗਾ 11ਵਾਂ ਸੀ 14ਵਾਂ ਸੀ 21ਵਾਂ ਸੀ ਜਾਂ ਫਿਰ 18ਵਾਂ ਸੀ ਹਾਂਜੀ ਕਿੰਨਾਵਾਂ ਦਰਜਾ ਸੀ ਜੇ 14ਵਾਂ ਸੀਗਾ ਹਨਾ ਸੋ ਸੈਕਿੰਡ ਜਿਹੜਾ ਇਹਦਾ ਹੈਗਾ ਰਾਈਟ ਆਨਸਰ ਹੈ ਨੈਕਸਟ ਚਲਦੇ ਹਾਂ ਜੇਲਮ ਨਦੀ ਕਿੱਥੋਂ ਸ਼ੁਰੂ ਹੁੰਦੀ ਹੈ ਜੀ ਜੰਸਕਰ ਰੇਂਜ ਲਦਾਖ ਹਨ ਜਾਂ ਬਰਮਾਨ ਫਰੋਵਰ ਝੀਲ ਜਿਹੜੀ ਦਿੱਬਤ ਚੋਂ ਨਿਕਲਦੀ ਆ ਜਾਂ ਜਾਂ ਫਿਰ ਤਾੰਗ ਪਾਸ ਕੁੱਲੂ ਜਾਂ ਫਿਰ ਵੈਰੀਨਾਗ ਜਿਹੜੀ ਕਸ਼ਮੀਰ ਤੋਂ ਸੋ ਜੇਲਮ ਨਦੀ ਕਿੱਥੋਂ ਨਿਕਲਦੀ ਹੈ ਜੀ ਵੈਰੀਨਾਗ ਹਨਾ ਕਸ਼ਮੀਰ ਤੋਂ ਸੋ 4th ਜਿਹੜਾ ਦਾ ਹੈਗਾ ਰਾਈਟ ਆਨਸਰ ਆਏਗਾ ਨੈਕਸਟ ਚਲਦੇ ਆਂ ਮਾਲਵਾ ਡੈਸ਼ ਵਿਚਕਾਰਲਾ ਖੇਤਰ ਹੈ ਸਤਲੁਜ ਤੇ ਜਮਨਾ ਨਦੀ ਦੇ ਵਿਚਲਾ ਰਾਵੀ ਤੇ ਸਤਲੁਜ ਦਰਿਆ ਦੇ ਵਿਚਲਾ ਜੇਲਮ ਤੇ ਚਨਾਬ ਦੀਆਂ ਨਦੀਆਂ ਜਾਂ ਫਿਰ ਵਿਆਸ ਅਤੇ ਜੇਲਮ ਨਦੀਆਂ ਦੇ ਵਿਚਕਾਰ ਦਾ ਜਿਹੜਾ ਹੈਗਾ ਮਾਲਵਾ ਖੇਤਰ ਸੋ ਮਾਲਵਾ ਜਿਹੜਾ ਹੈਗਾ ਜੀ ਇਹ ਸਤਲੁਜ ਦੇ ਜਮਨਾ ਦਿੰਦਿਆਂ ਦੇ ਵਿਚਕਾਰ ਦਾ ਖੇਤਰੀਆ ਸੋ ਫਸਟ ਜਿਹੜਾ ਦਾ ਹੈਗਾ ਰਾਈਟ ਆਨਸਰ ਆਏਗਾ ਨੈਕਸਟ ਚਲਦੇ ਹਾਂ ਹੇੜਾਂ ਦਿੱਤੀਆਂ ਨਦੀਆਂ ਵਿੱਚੋਂ ਕਿਸ ਦਾ ਮੂਲ ਦੱਖਣੀ ਪੱਛਮੀ ਤਿੱਬਤ ਹੈ ਜੇਲਮ ਦਾ ਵਿਆਸ ਦਾ ਸਤਲੁਜ ਦਾ ਜਾਂ ਫਿਰ ਰਾਵੀ ਦਾ ਹਨਾ ਇਹ ਹੈਗਾ ਜੀ ਸਤਲੁਜ ਦਾ ਹਨਾ ਕਿੱਥੋਂ ਨਿਕਲਦੀ ਜਿਹੜੀ ਸਤਲ ਜਿਹੜੀ ਸਤਲੁਜ ਨਦੀ ਹੈ ਉਹ ਪੰਜਾਬ ਵਿੱਚ ਕਿੱਥੋਂ ਦੀ ਐਂਟਰ ਕਰਦੀ ਹੈ ਨਾ ਸ਼ਿਵਾਲਿਕ ਸ਼ਿਵਾਲਿਕ ਦਰਾ ਦੇ ਵਿੱਚੋਂ ਐਂਟਰ ਕਰਦੀ ਹੈ ਨਾ ਦਰਿਆ ਦੇ ਵਿੱਚੋਂ ਠੀਕ ਹੈ ਸੋ ਜਿਹੜਾ ਇਦਾ ਮੂਲ ਹੈਗਾ ਉਹ ਦੱਖਣੀ ਪੱਛਮੀ ਤਿੱਬਤ ਦੇ ਵਿੱਚ ਹੈ ਠੀਕ ਹੈ ਸੋ ਥਰਡ ਇਹ ਦਾ ਰਾਈਟ ਆਨਸਰ ਹੈ ਨੈਕਸਟ ਚਲਦੇ ਆ 2011 ਦੀ ਮਰਦਨਸ ਮਾਰੀ ਵਿੱਚ ਪੰਜਾਬ ਦੀ ਆਬਾਦੀ ਕਿੰਨੀ ਸੀਗੀ ਹਾਂਜੀ ਕੀ ਆਏਗਾ ਜੀ ਇਸ ਦਾ ਰਾਈਟ ਆਨਸਰ ਕਿੰਨੀ ਸੀ 2011 ਦੇ ਵਿੱਚ 27.7 ਮਿਲੀਅਨ ਸੀ ਹੈਨਾ ਜਾਂ ਫਿਰ ਕਹਿ ਸਕਦੇ ਆਪਾਂ 2 ਕਰੋੜ 77 ਲੱਖ ਸੀਗੀ ਠੀਕ ਹੈ 2011 ਦੇ ਵਿੱਚ ਸੋ ਅੱਜ ਸਾਡੇ 50 ਕੁਐਸਚਨ ਆ ਜਿਹੜੇ ਕੰਪਲੀਟ ਹੋ ਗਏ ਨੇ ਜੀ ਸੋ ਅਗਲੇ ਕੁਐਸਚਨ ਆ ਜਿਹੜੇ ਉਹ ਅਸੀਂ ਕੱਲ ਕਰਾਂਗੇ ਠੀਕ ਹੈ ਸੋ ਕੰਟੀਨਿਊ ਰੱਖਾਂਗੇ ਹੁਣ ਆਪਣੀ ਕਲਾਸ ਨੂੰ ਅਸੀਂ ਸੋ ਜਿਨ੍ਹਾਂ ਵੀ ਬੱਚਿਆਂ ਨੂੰ ਇਹਨਾਂ ਕਲਾਸਿਸ ਪਸੰਦ ਆ ਰਹੀਆਂ ਨੇ ਪਲੀਜ਼ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਅਗਲੇ ਕਿਸੇ ਨੂੰ ਨਹੀਂ ਵੀ ਪਸੰਦ ਕਰਦੀਆਂ ਆ ਰਹੀਆਂ ਹਨਾ ਤੋਂ ਡਿਸਲਾਈਕ ਕਰ ਸਕਦੇ ਹੋ ਜੀ ਤੇ ਜਿਨ੍ਹਾਂ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਕੱਲ ਤੋਂ ਕੀ ਹੈ ਟੌਪਿਕ ਵਾਈਜ਼ ਜਿਹੜੇ ਸਾਰੇ ਸਬਜੈਕਟ ਆਸੀਂ ਕਰਨੇ ਸਟਾਰਟ ਕਰ ਰਿਆਂਗੇ ਅਸੀਂ ਕਾ ਸੋ ਜਿਨ੍ਹਾਂ ਨੇ ਵੀ ਅਜੇ ਤੱਕ ਨਹੀਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋ ਥੈਂਕ ਯੂ ਸੋ ਮੱਚ